ਸਤਿ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ ਅੱਜ ਆਪਾਂ ਗੱਲ ਕਰਦੇ ਹਾਂ ਅਵਤਾਰ ਸਿੰਘ ਖੰਡਾ ਉਸ ਦੀ ਮੌਤ ਨੂੰ ਲੈ ਕੇ ਇੱਕ ਵਾਰ ਫੇਰ ਸਵਾਲ ਖੜ੍ਹੇ ਹੋ ਗਏ ਨੇ ਤੁਹਾਨੂੰ ਪਤਾ ਹੀ ਹੈ ਕਿ ਅਵਤਾਰ ਸਿੰਘ ਖੰਡਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਸੀ ਤੇ ਭਾਈ ਅਮਰਪਾਲ ਸਿੰਘ ਜੋ ਇਸ ਸਮੇਂ ਪੰਜਾਬ ਤੋਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਸਾਮ ਦੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਉਸ ਦੇ ਹੈਂਡਲਰ ਦੱਸੇ ਜਾ ਰਹੇ ਨੇ ਤੇ ਅਵਤਾਰ ਸਿੰਘ ਖੰਡਾ ਦੀ ਜੂਨ ਮਹੀਨੇ ਦੇ ਵਿੱਚ ਮੌਤ ਹੋਈ ਸੀ ਤੇ ਉਹਨਾਂ ਦੀ ਮੌਤ ਬਾਰੇ ਤਾਂ ਇਹ ਕਿਹਾ ਗਿਆ ਕਿ ਬਲੱਡ ਕੈਂਸਰ ਕਾਰਨ ਮੌਤ ਹੋਈ ਸੀ ਪਰ ਉਸ ਸਮੇਂ ਲਗਾਤਾਰ ਜਿਹੜੀਆਂ ਮੌਤਾਂ ਹੋਈਆਂ ਉਸ ਕਾਰਨ ਇਹ ਮੌਤ ਵੀ ਸ਼ੱਕ ਦੇ ਘੇਰੇ ਵਿੱਚ ਆਉਣ ਲੱਗੀ ਹੈ ਉਹਦਾ ਕਾਰਨ ਇਹ ਹੀ ਹੈ ਕਿ ਜਦੋਂ ਖੰਡੇ ਦੀ ਮੌਤ ਹੋਈ ਤੇ ਨਾਲ ਨਾਲ ਹਰਦੀਪ ਸਿੰਘ ਨੀਜਰ ਦੀ ਕੈਂਡੀਡਾ ਵਿੱਚ ਹਤਿਆ ਕਰ ਦਿੱਤੀ ਗਈ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਕੁਰਪਤਵੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਦੇ ਆ ਉਹਨਾਂ ਦੇ ਮੌਤ ਦੀ ਵੀ ਖਬਰ ਆਈ ਸੀ ਕਿ ਇੱਕ ਹਾਦਸੇ ਵਿੱਚ ਉਹਨਾਂ ਦੀ ਮੌਤ ਵੀ ਹੋ ਗਈ ਹੈ ਤੇ ਇਸ ਗੱਲ ਕਰਕੇ ਬਹੁਤ ਸਾਰੇ ਜਿਹੜੇ ਖਾਲਸਤਾਨੀ ਪੱਖੀ ਨੇ ਉਹ ਇਹ ਹੀ ਗੱਲ ਕਰ ਰਹੇ ਸੀਗੇ ਕਿ ਇਹ ਮੌਤਾਂ ਆਮ ਨਹੀਂ ਸਧਾਰਣੀ ਹੈ ਕਿ ਇਹ ਭਾਰਤੀ ਏਜੰਸੀਆ ਵੱਲੋਂ ਕਰਵਾਈਆਂ ਗਈਆਂ ਨੇ ਇਸ ਸਬੰਧ ਵਿੱਚ ਪਿਛਲੇ ਕਈ ਦਿਨਾਂ ਤੋਂ ਹੁਣ ਵਰਤਾਰੀਆਂ ਦੇ ਵਿੱਚ ਇੱਕ ਵਾਰ ਫਿਰ ਖੰਡਾ ਦੀ ਮੌਤ ਨੂੰ ਲੈ ਕੇ ਸਵਾਲ ਇਸ ਗੱਲ ਕਰਕੇ ਖੜੇ ਹੋ ਰਹੇ ਨੇ ਕਿ ਉੱਥੇ ਦੀ ਇੱਕ ਮਸ਼ਹੂਰ ਅਖਬਾਰ ਗਾਰਡੀਅਨ ਨੇ ਇੱਕ ਰਿਪੋਰਟ ਦਿੱਤੀ ਹੈ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਖੰਡਾ ਦੀ ਮੌਤ ਹੋਈ ਉਸ ਤੋਂ ਪਹਿਲਾਂ ਲਗਾਤਾਰ ਉਸ ਨੂੰ ਭਾਰਤ ਵਿੱਚੋਂ ਪੁਲਿਸ ਦੀਆਂ ਧਮਕੀਆਂ ਆ ਰਹੀਆਂ ਸੀ ਤੇ ਇਸ ਸਬੰਧ ਵਿੱਚ ਉਸ ਨੇ ਬਰਮਿੰਗਮ ਨੂੰ ਬਰਮਿੰਗਮ ਦੇ ਵਿੱਚ ਸ਼ਿਕਾਇਤ ਵੀ ਕੀਤੀ ਸੀ ਪਰ ਉਸ ਦੇ ਉੱਤੇ ਕਾਰਵਾਈ ਨਹੀਂ ਹੋਈ ਹੈ ਜੀ ਤੇ ਇਹਦੇ ਨਾਲ ਨਾਲ ਖੰਡਾ ਨੇ ਇਹ ਵੀ ਕਿਹਾ ਸੀਗਾ ਕਿ ਉਸ ਦੇ ਪਰਿਵਾਰ ਨੂੰ ਪੰਜਾਬ ਦੇ ਵਿੱਚ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤੇ ਇਹ ਸਬੰਧ ਵਿੱਚ ਜਿਹੜਾ ਪਰਿਵਾਰ ਹੈ ਉਸ ਵੱਲੋਂ ਇਹ ਸ਼ੱਕ ਇਸ ਲਈ ਜ਼ਾਹਰ ਕੀਤਾ ਜਾ ਰਿਹਾ ਹੈ ਉਸ ਦੀ ਮੌਤ ਨੂੰ ਲੈ ਕੇ ਕਿਉਂਕਿ ਜਿਹੜੀਆਂ ਭਾਰਤੀ ਖੁਫੀਆ ਏਜੰਸੀਆਂ ਸੀ ਗਿਆ ਉਸ ਵੱਲੋਂ ਉਸ ਨੂੰ ਖੰਡਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਗੱਲ ਕਹੀ ਜਾਂਦੀ ਹੈ ਕਿ ਉਸ ਦੀ ਮੌਤ ਬਲੱਡ ਕੈਂਸਰ ਨਾਲ ਹੋਈ ਹੈ ਪਰ ਖੁਫੀਆ ਟੰਗ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਇਹ ਮੌਤਾਂ ਕਰਵਾਈਆਂ ਜਾ ਸਕਦੀਆਂ ਜਾਂ ਹਤਿਆਮਾਂ ਕਰਵਾਈਆਂ ਜਾ ਸਕਦੀਆਂ ਨੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਅਮਰੀਕੀ ਕੀ ਪ੍ਰਸ਼ਾਸਨ ਨੇ ਇਹ ਗੱਲ ਵੀ ਕਹੀ ਹੈ ਕਿ ਜਿਹੜੇ ਭਾਰਤੀ ਏਜੰਸੀਆਂ ਜਾਂ ਭਾਰਤੀ ਏਜੰਟਾਂ ਦੁਆਰਾ ਖਾਸ ਤੌਰ ਤੇ ਜਿਹੜੇ ਖਾਲਸਤਾਨੀ ਆਗੂ ਨੇ ਉਹਨਾਂ ਦੀਆਂ ਹੱਤਿਆਵਾਂ ਕਰਵਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਇਸ ਸਮੇਂ ਜਿਹੜਾ ਅਮਰੀਕੀ ਪ੍ਰਸ਼ਾਸਨ ਹੈ ਉਸ ਵੱਲੋਂ ਲਗਾਤਾਰ ਭਾਰਤ ਸਰਕਾਰ ਦੇ ਨਾਲ ਜਾਂ ਭਾਰਤ ਪ੍ਰਸ਼ਾਸਨ ਦੇ ਨਾਲ ਲਗਾਤਾਰ ਜਿਹੜਾ ਸੰਪਰਕ ਕੀਤਾ ਜਾ ਰਿਹਾ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਹੜਾ ਭਾਰਤੀ ਮੂਲ ਦਾ ਨikhil Gupta ਉਸ ਨੂੰ ਚੈਕ ਸਿਕਲ ਵਾਕਿਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਸ ਨੇ ਇਹ ਗੱਲ ਦੱਸੀ ਹੈ ਕਿ ਉਸ ਨੂੰ ਇੱਕ ਭਾਰਤੀ ਅਧਿਕਾਰੀ ਨੇ ਕਿਹਾ ਸੀ ਕਿ ਉਸ ਨੇ ਜਿਹੜਾ ਹੈਗਾ ਗੁਰਪਤਵੰਤ ਸਿੰਘ ਪੰਨੂ ਦੀ ਹਤਿਆ ਕਰਨੀ ਹੈ ਇਸ ਸਬੰਧ ਵਿੱਚ 1 ਲੱਖ ਡਾਲਰ ਦੀ ਡੀਲ ਵੀ ਹੋਈ ਸੀ ਤੇ ਇਸ ਸਬੰਧ ਵਿੱਚ ਨਿਖਲ ਗੁਪਤਾ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਸੀਗਾ ਕਿ ਉਹ ਸਮੇਂ ਸਿਰ ਗੁਰਪਤਵੰਨ ਸਿੰਘ ਪੰਨੂ ਦੀ ਹਤਿਆ ਕਰਵਾਏ ਤੇ ਇਹ ਵੀ ਦੱਸਿਆ ਗਿਆ ਸੀਗਾ ਕਿ ਨਿਖਲ ਗੁਪਤਾ ਨੂੰ ਜਦੋਂ ਹਰਦੀਪ ਸਿੰਘ ਨੀਜਰ ਦੀ ਹਤਿਆ ਹੋਈ ਹੈ ਤਾਂ ਜੜੀ ਲਖੂ ਦੀ ਲਥਪਤ লাশ ਜਿਹੜੀ ਸੀ ਉਸ ਦੀ ਤਸਵੀਰ ਵੀ ਉਸ ਨੂੰ ਭੇਜੀ ਗਈ ਸੀ ਤੇ ਇਹਦੇ ਨਾਲ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਨikhil gupta ਨੇ ਹਿਟਮੈਨ ਦੇ ਨਾਲ ਸੰਪਰਕ ਕੀਤਾ ਤਾਂ ਹਿਟਮੈਨ ਉਹ ਅਮਰੀਕਾ ਦਾ 에ਜੰਟ ਨਿਕਲਿਆ ਤੇ ਉਸ ਨੇ ਸਾਰੀ ਇਸ ਦੀ ਪੋਲ ਖੋਲ ਦਿੱਤੀ ਤੇ ਦੂਜੇ ਪਾਸੇ ਜਦੋਂ ਹੁਣ ਖੰਡੇ ਦੀ ਮੌਤ ਨੂੰ ਲੈ ਕੇ ਲਗਾਤਾਰ ਕਛ ਜਿਹੜੇ ਖਦਸ਼ ਜਿਤਾਇਆ ਜਾ ਰਹੇ ਨੇ ਖਾਸ ਤੌਰ ਤੇ ਉਹਦੇ ਮਿੱਤਰਾਂ ਵੱਲੋਂ ਉਹਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਉਸ ਦੀ ਮੌਤ ਹੋਈ ਤੇ ਉਹਨਾਂ ਜਿਹੜਾ ਖੰਡਾ ਬਾਰੇ ਕੁਝ ਵੀ ਉਹਨਾਂ ਤੋਂ ਪੁੱਛਿਆ ਨਹੀਂ ਗਿਆ ਨਾ ਉਹਨਾਂ ਨੂੰ ਦੱਸਿਆ ਗਿਆ ਇਸੇ ਤਰੀਕੇ ਦੇ ਨਾਲ ਉਹਦੇ ਪਰਿਵਾਰ ਵੱਲੋਂ ਵੀ ਜਿਹੜਾ ਖਾਸ ਤੌਰ ਤੇ ਉਹਦੀ ਮਾਤਾ ਚਰਨ ਕੌਰ ਹੈ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਖੰਡੇ ਦੀ ਜੜੀ ਮੌਤ ਹੋਈ ਹੈ ਉਹ ਇਸ ਗੱਲ ਕਰਕੇ ਵੀ ਸ਼ੱਕੀ ਹੈ ਕਿਉਂਕਿ ਜਿਹੜਾ ਮੋਗਾ ਸਥਿਤ ਉਹਨਾਂ ਦਾ ਨਿਵਾਸ ਸਥਾਨ ਹੈ ਜਮੂਗਾ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਖੁਫੀਆ ਏਜੰਸੀਆਂ ਆਉਂਦੀਆਂ ਰਹੀਆਂ ਨੇ ਤੇ ਨਾਲ-ਨਾਲ ਉਹਨਾਂ ਨੂੰ ਧਮਕੀਆਂ ਵੀ ਦਿੰਦੀਆਂ ਰਹੀਆਂ ਨੇ ਤੇ ਇਹ ਪੁੱਛ ਗਿਛ ਕਰਦੀ ਰਹੇ ਨੇ ਕਿ ਖੰਡਾ ਖੰਡਾ ਨਾਲ ਹੁਣ ਤੁਹਾਡਾ ਕੀ ਸੰਬੰਧ ਹੈ ਤੇ ਬੈਂਕ ਖਾਤੇ ਕਿਸ ਤਰੀਕੇ ਦੇ ਨਾਲ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਖੰਡਾ ਦੀ ਭੈਣ ਸੀਗੀ ਉਸ ਨੂੰ ਗ੍ਰਿਫਤਾਰ ਕਰਨ ਦੀ ਵੀ ਧਮਕੀ ਦਿੱਤੀ ਸੀ ਤੇ ਦੂਜੇ ਪਾਸੇ ਬਰਤਾਨੀਆਂ ਦੇ ਅਧਿਕਾਰੀ ਖੰਡਾ ਦੇ ਪਰਿਵਾਰ ਜਾਂ ਖੰਡਾ ਦੇ ਜਿਹੜੇ ਯਾਰ ਮਿੱਤਰ ਨੇ ਜਾਂ ਉਹਦੇ ਸਮਰਥਕ ਨੇ ਉਹਨਾਂ ਵੱਲੋਂ ਜਿਹੜੇ ਲਗਾਏ ਗਏ ਦੋਸ਼ ਨੇ ਉਸ ਆਹੋ ਖੰਡਨ ਕਰਦੇ ਆ। ਬਰਤਾਨੀਆ ਨੇ ਇਹ ਵੀ ਕਿਹਾ ਕਿ ਜਿਹੜਾ ਖੰਡਾ ਦੀ ਮੌਤ ਹੈ ਉਹ ਬਲੱਡ ਕੈਂਸਰ ਕਾਰਨ ਹੋਈ ਹੈ ਵੈਸਟ ਮਿਡਲੈਂਡ ਫੋਰਸ ਦਾ ਕਹਿਣਾ ਹੈ ਕਿ ਕੋਰੋਨਰ ਜਿਹੜੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਜਾਂ ਆਪਾਂ ਜਿਹੜਾ ਹੈਗਾ ਖੰਡਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਸ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ ਕੇ ਖੰਡਾ ਦੀ ਮੌਤ ਕਿਸੇ ਖੁਫੀਆ ਏਜੰਸੀ ਨੇ ਕੀਤੀ ਹੈ ਪਰ ਇਹ ਹੈ ਕਿ ਖਾਸ ਔਰਤੇ ਜਿਹੜੇ ਉਹਦੇ ਯਾਰ ਮਿੱਤਰ ਨੇ ਉਹਨਾਂ ਦੇ ਪਰਿਵਾਰ ਵਾਲੇ ਨੇ ਉਹ ਬਰਤਾਨੀਆ ਪ੍ਰਸ਼ਾਸਨ ਦੀ ਇਸ ਰਿਪੋਰਟ ਦਾ ਖੰਡਨ ਕਰਦੇ ਨੇ ਉਹਨਾਂ ਦਾ ਦਾਵਾ ਹੈ ਕਿ ਜਿਹੜੇ ਹੈ ਵੈਸਟ ਮਿਡਲੈਂਡ ਫੋਰਥ ਨੇ ਜਦੋਂ ਖੰਡਾ ਦੀ ਮੌਤ ਹੋਈ ਹੈ ਉਹਨਾਂ ਤੋਂ ਬਿਆਨ ਵੀ ਲਏ ਹੈਗੇ ਦੂਜੇ ਪਾਸੇ ਜਿਹੜੀ ਖੰਡਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ ਉਸ ਸੰਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਸ ਇਸ ਸੰਬੰਧ ਵਿੱਚ ਗਾਰਡੀਅਨ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਬਰਤਾਨੀਆ ਬਰਤਾਨੀਆ ਦੇ ਵਿੱਚ ਜਿਹੜੀ ਸਿੱਖ ਸਿਆਸਤ ਹੈ ਉਸ ਦੇ ਵਿੱਚ ਭਾਰਤੀ ਏਜੰਸੀਆ ਲਗਾਤਾਰ ਦਖਲ ਦਿੰਦੀਆਂ ਆ ਰਹੀਆਂ ਸੀ ਹੈ ਤੇ ਇਸ ਸਬੰਧ ਵਿੱਚ ਬਰਤਾਨੀਆ ਪ੍ਰਸ਼ਾਸਨ ਨੇ ਜਿਹੜਾ ਉੱਥੇ ਭਾਰਤੀ ਦੂਤਕਰ ਸੀਗਾ ਜਾਂ ਹਾਈ ਕਮਿਸ਼ਨ ਸੀਗਾ ਉਸ ਦੇ ਵਿੱਚੋਂ ਇੱਕ ਅਧਿਕਾਰੀ ਨੂੰ ਭਾਰਤ ਵਾਪਸ ਜਾਣ ਦੇ ਹੁਕਮ ਵੀ ਦਿੱਤੇ ਸੀਗੇ ਤੇ ਇਹ ਸਬੰਧ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਹ ਮਾਮਲਾ ਇਸ ਗੱਲ ਕਰਕੇ ਵੀ ਗਰਵਾਇਆ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿਹੜਾ ਨਿਖਲ ਗੁਪਤਾ ਨਾਮਕ ਦਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਉਸ ਨੇ ਜਿਹੜੇ ਜਿਹੜੇ ਇਨਕਸ਼ਾਫ ਕੀਤੇ ਨੇ ਉਸ ਆਧਾਰ ਦੇ ਉੱਤੇ ਲਗਾਤਾਰ ਜਿਹੜਾ ਅਮਰੀਕੀ ਪ੍ਰਸ਼ਾਸਨ ਭਾਰਤੀ ਪ੍ਰਸ਼ਾਸਨ ਨੂੰ ਇਹ ਕਹਿੰਦਾ ਆ ਰਿਹਾ ਹੈ ਕਿ ਇਹ ਸਬੰਧ ਵਿੱਚ ਜਾਂਚ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੱਲ ਵਾਈਟ ਹਾਊਸ ਦੇ ਜਿਹੜੇ ਉਪ ਕੌਮੀ ਸੁਰੱਖਿਆ ਸਲਾਹਕਾਰ ਨੇ ਜੌਨ ਫਾਈਨਰ ਉਪਰ ਪੱਧਰ ਤੇ ਪੁੱਜੇ ਹੋਏ ਨੇ ਉਹਨਾਂ ਨੇ ਹਮਰਤਬਾ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਨਾਲਾ ਜਿਹੜੇ ਵਿਦੇਸ਼ ਮੰਤਰੀ ਨੇ ਐਸਜੀ ਜੈਸ਼ੰਕਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਦੀ ਜਿਹੜੀ ਸਾਜ਼ਿਸ਼ ਹੋਈ ਹੈ ਉਸ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਭਾਰਤ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਸਬੰਧ ਵਿੱਚ ਪੂਰੀ ਤਰ੍ਹਾਂ ਨਾਲ ਜਾਂਚ ਕਰ ਰਹੇ ਹਾਂ ਤੇ ਜੋ ਹਕੀਕਤ ਹੋਏਗੀ ਉਹ ਸਾਹਮਣੇ ਲਿਆਂਦੀ ਜਾਵੇਗੀ ਤੇ ਇਹ ਮਾਮਲੇ ਇਸ ਗੱਲ ਕਰਕੇ ਵੀ ਗਰਮਾ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 18 ਜੂਨ ਨੂੰ ਜਿਹੜਾ ਹਰਦੀਪ ਸਿੰਘ ਨੀਜਰ ਸੀ ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਹਤਿਆ ਕਰ ਦਿੱਤੀ ਗਈ ਸੀ ਇਸ ਸਬੰਧ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਦੋਂ ਭਾਰਤ ਆਏ ਸੀਗੇ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਇਹੀ ਗੱਲ ਉਠਾਈ ਸੀ ਤੇ ਕਿਹਾ ਸੀਗਾ ਕਿ ਭਾਰਤੀ ਏਜੰਟ ਜਿਹੜੇ ਹੈਗਾ ਹਰਦੀਪ ਸਿੰਘ ਨੀਜਰ ਦੀ ਹਤਿਆ ਦੇ ਦੋਸ਼ੀ ਨੇ ਇਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਜਾ ਕੇ ਇਹੀ ਦੋਸ਼ ਲਗਾਇਆ ਸੀ ਉਸ ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੇ ਨਾਲ ਜਿਹੜੇ ਸਬੰਧ ਨੇ ਕਾਫੀ ਖਰਾਬ ਹੋ ਚੁੱਕੇ ਨੇ ਇਸ ਸਬੰਧ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਸਰਕਾਰ ਨੇ ਉਦੋਂ ਭਾਰਤੀ ਹਾਈ ਕਮਿਸ਼ਨ ਦੇ ਵਿੱਚ ਇੱਕ ਲੱਗੇ ਹੋਏ ਅਧਿਕਾਰੀ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਸੀਗਾ ਇਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਨੇ ਉਦੋਂ ਜਿਹੜੀਆਂ ਵੀਜ਼ਾ ਸੇਵਾਵਾਂ ਸੀਗਾਂ ਉਹ ਬੰਦ ਕਰ ਦਿੱਤੀਆਂ ਸੀਗਾਂ ਤੇ ਕੈਨੇਡਾ ਦੇ ਜਿਹੜੇ ਲੋਕਾਂ ਨੇ ਭਾਰਤ ਆਉਣਾ ਸੀਗਾ ਉਹਨਾਂ ਨੂੰ ਇਹ ਵੀਜ਼ਾ ਦੇਣਾ ਬੰਦ ਕਰ ਦਿੱਤਾ ਸੀਗਾ ਇਸ ਦੇ ਨਾਲ ਹੀ ਕੈਨੇਡਾ ਨੂੰ ਇਹ ਵੀ ਕਿਹਾ ਸੀਗਾ ਕਿ ਭਾਰਤ ਵਿੱਚ ਜਿਹੜਾ ਦਿੱਲੀ ਸਥਿਤ ਹਾਈ ਕਮਿਸ਼ਨ ਹੈ ਉਸ ਦੇ ਵਿੱਚੋਂ 41 ਬੰਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਤੇ ਉਹਨਾਂ ਨੂੰ ਵਾਪਸ ਵੀ ਭੇਜ ਦਿੱਤਾ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜਿਹੜੇ ਸਬੰਧ ਨੇ ਉਹ ਕਾਫੀ ਖਰਾਬ ਚੱਲੇ ਆ ਰਹੇ ਨੇ ਤੇ ਕੈਨੇਡਾ ਨੇ ਲਗਾਤਾਰ ਇਹਹੀ ਦੋਸ਼ ਲਗਾਇਆ ਹੈ ਕਿ ਖਾ ਜਿਹੜਾ ਹੈਗਾ ਹਰਦੀਪ ਸਿੰਘ ਮੈਨੇਜਰ ਦੀ ਹਤਿਆ ਦੇ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੈ। ਇਸ ਸੰਬੰਧ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਜੋ ਕਿ ਕੈਨੇਡਾ ਵਿੱਚ ਸਥਿਤ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਕੈਨੇਡਾ ਸਰਕਾਰ ਨੇ ਹਾਲੇ ਤੱਕ ਇਸ ਸੰਬੰਧ ਵਿੱਚ ਕੋਈ ਪੁਖਤਾ ਸਬੂਤ ਨਹੀਂ ਦਿੱਤਾ ਹੈ। ਤੇ ਪਰ ਇਹ ਹੈ ਕਿ ਲਗਾਤਾਰ ਕੈਨੇਡਾ ਇਹੀ ਕਹਿ ਰਿਹਾ ਹੈ ਕਿ ਉਹਨਾਂ ਕੋਲ ਸਬੂਤ ਮੌਜੂਦ ਨਹੀਂ ਉਹਨਾਂ ਨੇ ਅਮਰੀਕਾ ਦਾ ਹਵਾਲਾ ਵੀ ਦਿੱਤਾ ਹੈ ਪਰ ਹੁਣ ਜਦੋਂ ਅਮਰੀਕਾ ਨੇ ਜਦੋਂ ਇਹ ਦੋਸ਼ ਲਗਾਇਆ ਹੈ ਭਾਰਤੀ ਅਧਿਕਾਰੀ ਜੀ ਉੱਤੇ ਕਿ ਉਸ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਵਾਈ ਕਰਵਾਉਣ ਲਈ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਬੇਸ਼ੱਕ ਭਾਰਤ ਸਰਕਾਰ ਨੇ ਇਸ ਸਬੰਧ ਵਿੱਚ ਜਾਂਚ ਦੇ ਹੁਕਮ ਵੀ ਦਿੱਤੇ ਨੇ ਜਾਂਚ ਟੀਮ ਵੀ ਬਣਾਈ ਹੈ ਤੇ ਅਮਰੀਕਾ ਪ੍ਰਸ਼ਾਸਨ ਨੇ ਇਸ ਸਬੰਧ ਵਿੱਚ تصدیق ਵੀ ਪ੍ਰਗਟ ਕੀਤੀ ਹੈ ਪਰ ਹੁਣ ਜਿੱਥੇ-ਜਿੱਥੇ ਵੀ ਖਾਰਸਤਾਨੀ ਸਰਗਰਮ ਨੇ ਜਾਂ ਉਹਨਾਂ ਦੀਆਂ ਹੱਤਿਆਵਾਂ ਦੀ ਖਬਰ ਆ ਰਹੀ ਹੈ ਜਾਂ ਸਾਜ਼ਿਸ਼ਾਂ ਦੀ ਖਬਰ ਆ ਰਹੀ ਹੈ ਉਸ ਦੇ ਨਾਲ ਇਹ ਮਾਮਲਾ ਕਾਫੀ ਗਰਮ ਹੁੰਦਾ ਨਜ਼ਰ ਆ ਰਿਹਾ ਹੈ ਤੇ ਉਦੇ ਕਾਰਨ ਹੀ ਹੁਣ ਜਿਹੜੀ ਖੰਡਾ ਦੀ ਮੌਤ ਹੈ ਉਹ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ ਕਿਉਂਕਿ ਜਦੋਂ ਖੰਡਾ ਦੀ ਮੌਤ ਹੋਈ ਹੈ ਉਦੋਂ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਹੋਏ ਸੀਗੇ ਜਿਸ ਤੋਂ ਇਹ ਹੀ ਲੱਗ ਰਿਹਾ ਸੀਗਾ ਕਿ ਭਾਰਤੀ ਏਜੰਸੀਆ ਸਰਗਰਮ ਨੇ ਉਹ ਖਾਲਸਤਾਨੀਆਂ ਦੀਆਂ ਹਤਿਆਵਾਂ ਕਰਵਾਉਣੀਆਂ ਚਾਰੀਆਂ ਨੇ ਇਹ ਹੁਣ ਅਸਲ ਦੇ ਵਿੱਚ ਹਕੀਕਤ ਕੀ ਹੈ ਕੀ ਨਹੀਂ ਹੈ ਪਰ ਇਹ ਹੈ ਕਿ ਜਿਹੜੇ ਖਾਲਸਤ ਖਾਸ ਤੌਰ ਤੇ ਖਾਲਸਤਾਨੀ ਸਮਰਥਕ ਨੇ ਉਹ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੈਗੇ ਕਿ ਜਿਹੜੀ ਖੰਡਾ ਦੀ ਮੌਤ ਹੈ ਉਹ ਬਲੱਡ ਕੈਂਸਰ ਦੇ ਨਾਲ ਹੋਈ ਹੈ ਪਰ ਸ਼ੱਕ ਦਾ ਠੇਰਾ ਇਸ ਗੱਲ ਕਰਕੇ ਜ਼ਿਆਦਾ ਤੰਗ ਹੁੰਦਾ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਨਿੱਜਰ ਦੀ ਹੱਤਿਆ ਹੋਈ ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਸਾਜ਼ਿਸ਼ ਹੋਈ ਉਸ ਨੇ ਇਸ ਮੁੱਦੇ ਨੂੰ ਇੱਕ ਵਾਰ ਫੇਰ ਗਰਮਾ ਦਿੱਤਾ ਹੈ ਬਾਕੀ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਪਰ ਬਰਤਾਨੀਆ ਸਰਕਾਰ ਪੱਕੇ ਤੌਰ ਤੇ ਇਹ ਕਹਿ ਰਹੀ ਹੈ ਕਿ ਖੰਡਾ ਦੀ ਮੌਤ ਬਲੱਡ ਕੈਂਸਰ ਨਾਲ ਹੀ ਹੋਈ ਹੈ ਇਹ ਸੀ ਅੱਜ ਤੱਕ ਦੀ ਜਿਹੜੀ ਰਿਪੋਰਟ ਕੱਲੂ ਕਿਸੇ ਨਵੀਂ ਰਿਪੋਰਟ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਮੈਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ